ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਸੋਸ਼ਲ ਮੀਡੀਆ ਉੱਪਰ ਸਿੱਖ ਕੌਮ ਨਾਲ ਸੰਬੰਧਿਤ ਸਮੱਗਰੀ ਅਤੇ ਸੈਂਸਰਸ਼ਿਪ ਲਾਏ ਜਾਣ ਉੱਪਰ ਆਪਣੇ ਇਤਰਾਜ਼ ਜाहिर ਕੀਤੇ ਹਨ ਪਿਛਲੇ 24 ਘੰਟਿਆਂ ਦਰਮਿਆਨ ਦਰਜਨਾ ਸਿੱਖ ਸੋਸ਼ਲ ਮੀਡੀਆ ਪੇਜ ਅਤੇ ਪੋਸਟ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਸੈਂਸਰ ਕੀਤਾ ਗਿਆ ਹੈ ਇਸ ਸੈਂਸਰਸ਼ਿਪ 1984 ਸਿੱਖ ਕਤਲੇਆਮ ਮੁਤਲਕ ਪੋਸਟਾਂ 'ਤੇ ਕੀਤੀ ਗਈ ਹੈ ਇਸ ਤੋਂ ਪਹਿਲਾਂ ਜੂਨ 2020 ਵਿੱਚ ਵੀ ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮੌਕੇ ਪਾਈਆਂ ਪੋਸਟਾਂ ਦਰਮਿਆਨ ਵੀ ਇਹ ਕੁਝ ਵੇਖਣ ਨੂੰ ਮਿਲਿਆ ਸੀ ਕਿ ਕਿਵੇਂ ਸਿੱਖ ਹੈਸ਼ਟੈਗ ਬੈਨ ਕਰ ਦਿੱਤਾ ਗਿਆ ਸੀ ਸੈਂਸਰਸ਼ਿਪ ਦੇ ਤਾਜ਼ਾ ਮਾਮਲੇ ਖਾਲਸਤਾਨ ਪੱਖੀ ਕੁਝ ਵੈੱਬਸਾਈਟ ਉੱਪਰ ਭਾਰਤ ਵਿਰੋਧੀ ਕੁਝ ਕੰਟੈਂਟ ਨੂੰ ਦੱਸਦੇ ਕੀਤੇ ਗਏ ਹਨ ਇਸ ਦੇ ਵੱਡੇ ਇਤਰਾਜ਼ ਚੁਕਦੇ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਟਾਈਮਜ਼ ਆਫ ਇੰਡੀਆ ਵਿੱਚ ਇੱਕ ਆਰਟੀਕਲ ਕਿ ਕਿਵੇਂ ਭਾਰਤੀ ਅੰਬੈਸੀ ਵਿਦੇਸ਼ੀਆਂ ਵਿੱਚ ਵਸਦੇ ਸਿੱਖਾਂ ਦਾ ਡਾਟਾ ਇਕੱਤਰ ਕਰ ਰਹੀ ਹੈ ਨੂੰ ਸੈਂਸਰ ਕਰ ਦਿੱਤਾ ਗਿਆ ਕੁਝ ਪੇਜ ਦਾ ਸਦਾ ਲਈ ਹੀ ਹਟਾ ਦਿੱਤੇ ਗਏ ਜਦ ਕਿ ਕੁਝ ਉੱਪਰ ਪਾਬੰਦੀ ਆਇਦ ਕਰ ਦਿੱਤੀ ਗਈ ਹੈ ਕਿ ਉਹ ਅਗਲੇ 30 ਤੋਂ 60 ਦਿਨਾਂ ਲਈ ਇਹਨਾਂ ਪੇजेस ਉੱਪਰ ਕੋਈ ਪੋਸਟ ਜਾਂ ਕਮੈਂਟ ਨਹੀਂ ਕਰ ਸਕਣਗੇ ਪਿਛਲੀ ਜੁਲਾਈ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਰਿਪੋਰਟ ਨਸ਼ਰ ਕੀਤੀ ਸੀ ਕਿ ਸਿੱਖ ਸੋਸ਼ਲ ਮੀਡੀਆ ਉੱਪਰ ਕਿਵੇਂ Indian Authority ਦੀ ਨਜ਼ਰ ਹੈ ਇਸ ਰਿਪੋਰਟ ਦਾ ਸਰਲੇਖ ਸੀ India's War on Social Media ਜਿਸ ਤਹਿਤ ਸੋਸ਼ਲ ਮੀਡੀਆ ਲਈ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਇੱਕ ਵੱਡੇ ਦਿਸ਼ਾ ਨਿਰਦੇਸ਼ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ ਇਸ ਮੁਤਲਕ World Sikh Organization ਨਾਲ ਸੰਵਾਦ ਕਰੇਗਾ ਅਤੇ ਹੋਰ ਸਿੱਖ ਸਟੇਕਹੋਲਡਰ ਦੀ ਸਹਿਭਾਗਤਾ ਸਮੇਤ ਖਾਲਸਤਾਨ ਅਤੇ 1984 ਵਰਗੇ ਮੁੱਦਿਆਂ ਦੀ ਪੇਸ਼ਕਾਰੀ ਉੱਪਰ ਲਾਏ ਜਾ ਰਹੇ ਸੈਂਸਰ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਪਰ World Sikh Organization ਦਾ ਕਹਿਣਾ ਹੈ ਕਿ ਹਾਲੇ ਤੱਕ ਇਸ ਤਰ੍ਹਾਂ ਦੇ ਕਿਸੇ ਸੰਵਾਦ de cuia. ਕੋਸ਼ਿਸ਼ ਫਿਲਹਾਲ ਨਹੀਂ ਕੀਤੀ ਗਈ ਹੈ World Sikh Organization ਦੇ ਮੁਖੀ ਤਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹੈਰਾਨੀ ਜਨਕ ਹੈ ਕਿ ਫੇਸਬੁਕ ਅਤੇ ਇੰਸਟਾਗ੍ਰam ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਸਿੱਖ ਸਮੱਗਰੀ ਤੇ ਹਮਲਾਵਰ ਹਨ ਇਸ ਤੋਂ ਵੀ ਵੱਡੀ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਜੂਨ 1984 ਅਤੇ ਨਵੰਬਰ ਵਿੱਚ ਵਾਪਰੇ ਕਤਲੇਆਮ ਦੁਖਾਂਤ ਮੁਤਲਕ ਕੰਟੈਂਟ ਨੂੰ ਹਟਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਮੁਤਲਕ ਪੋਸਟ ਪਾਉਣ ਵਾਲੇ ਫੇਸਬੁਕ ਪੇਜਸ ਉੱਪਰ ਕਾਰਵਾਈ ਹੋ ਰਹੀ ਹੈ ਇਨ੍ਹਾਂ ਪੇਜਸ ਉੱਪਰ ਕੰਟੈਂਟ ਵਿੱਚ ਕੁਝ ਵੀ ਮਾਣ ਘੜਤ ਨਹੀਂ ਇਹ ਇਤਿਹਾਸ ਦਾ ਇੱਕ ਹਿੱਸਾ ਹੈ ਸਭ ਕਟਿਆ ਵਾਪਰਿਆ ਹੈ ਜਿਸ ਬਾਰੇ ਲਿਖਿਆ ਜਾ ਰਿਹਾ ਹੈ ਇਹ ਸਿੱਖ ਆਵਾਜ਼ ਨੂੰ ਦਬਾਉਣ ਵਾਲਾ ਕੰਮ ਹੈ ਪਰ ਸਿੱਖ ਆਵਾਜ਼ ਇਸ ਤਰ੍ਹਾਂ ਦਬਾਇਆ ਨਹੀਂ ਦਬੇਗੀ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਕੋਸ਼ਿਸ਼ਾਂ ਕਰਦੇ ਰਹਾਂਗੇ ਤਾਂ ਜੋ ਇਸ ਤਰ੍ਹਾਂ ਬਹਾਨਾ ਬਣਾ ਕੇ ਸਿੱਖ ਆਵਾਜ਼ ਨੂੰ ਦਬਾਇਆ ਨਾ ਜਾਵੇ ਜ਼ਿਕਰ ਖਾਸ ਹੈ ਕਿ ਇਸੇ ਸਾਲ ਚੂਨ ਮਹੀਨੇ ਵੀ ਵੱਡੇ ਪੱਧਰ ਉੱਪਰ ਖਾਸ ਕਰ ਫੇਸਬੁਕ ਉੱਪਰ 1984 ਮੁਤਲਕ ਪੋਸਟਾਂ ਨੂੰ ਵੇਖਦਿਆਂ ਸਿੱਖ ਹੈਸ਼ਟੈਗ ਬੈਨ ਕੀਤਾ ਗਿਆ ਟਵਿੱਟਰ ਸਮੇਤ ਫੇਸਬੁਕ ਉੱਪਰ ਉਸ ਵੇਲੇ ਵੀ ਸਵਾਲ ਉੱਠੇ ਸਨ ਇਸ ਦੇ ਨਾਲ ਹੀ ਪਾਰ ਸਰਕਾਰ ਵੱਲੋਂ ਖਾਲਸਾਨ ਪੱਕੀ 12 ਵੈੱਬਸਾਈਟ ਵੀ ਬੈਨ ਕਰਤੀਆਂ ਗਈਆਂ ਹਨ ਜੋ ਕਾਲਿਸਤਾਨ ਹਮਾਇਤੀ ਪ੍ਰਚਾਰ ਕਰ ਰਹੀਆਂ ਸਨ ਸੋਸ਼ਲ ਮੀਡੀਆ ਉੱਪਰ ਏਜੰਸੀਆਂ ਦੀ ਦਿੱਖੀ ਨਜ਼ਰ ਹੈ ਅਤੇ ਹਰ ਤਰ੍ਹਾਂ ਦੇ ਕੰਟੈਂਟ ਨੂੰ ਨਿਰਖਿਆ ਪਰਖਿਆ ਜਾ ਰਿਹਾ ਹੈ ਖਾਸ ਕਰ ਨਵੰਬਰ 1984 ਦੇ ਦਿਨਾਂ ਵਿੱਚ ਸਿੱਖ ਕਤਲੇਆਮ ਨੂੰ ਲੈ ਕੇ ਸਿੱਖ ਕੌਮ ਆਪਣੇ ਅੰਦਰਲੇ ਭਾਵ ਵੱਲਬਲੀ ਸੋਸ਼ਲ ਮੀਡੀਆ ਤੇ ਜ਼ਾਹਰ ਕਰਦੀ ਹੈ ਮੁਲਕ ਵਿੱਚ ਇੱਕ ਧਰਮ ਨੂੰ ਆਧਾਰ ਬਣਾ ਹੋਏ ਇਸ ਕਤਲੇਆਮ ਉੱਪਰ ਸਵਾਲ ਚੁੱਕਦੇ ਆਂ ਕੁਝ ਲਿਖਤਾ ਉੱਪਰ ਇਤਰਾਜ਼ ਚੁੱਕਦੇ ਆ ਉਹਨਾਂ ਨੂੰ ਬੈਨ ਕਰਨ ਦੇ ਮਾਮਲੇ ਵੀ ਹੁਣ ਵਿਰੋਧਤਾ ਹੋਣ ਲੱਗੀ ਹੈ ਅਦੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਕੁਝ ਵਾਜਿਬ ਸਵਾਲ ਚੁੱਕੇ ਹਨ ਦ ਸਿੱਖ ਕੌਮ ਨਾਲ ਸੰਬੰਧਿਤ ਕੰਟੈਂਟ ਦੀ ਇਸ ਸੈਂਸਰਸ਼ਿਪ ਨੂੰ ਗਲਤ ਕਰਾਰ ਦਿੰਦਾ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ